ਜਿਹੜੀ ਆ ਚਾਹੇ ਨਵੀਆਂ ਭਰਤੀਆਂ ਹੋ ਰਹੀਆਂ ਨੇ ਜਾਂ ਪੁਰਾਣੇ ਮੁਲਾਜ਼ਮ ਨੇ ਉਹਨਾਂ ਦੇ ਮਸਲੇ, ਸਾਰੀ ਮੀਟਿੰਗਾਂ ਕਰਦਾਂਗਾ, ਬਹੁਤ ਸਾਰੇ ਮਸਲੇ ਹੱਲ ਵੀ ਹੋਏ ਨੇਗੇ ਜੀ ਅੱਜ ਪੰਜਾਬ 'ਚ। ਮੈਂ ਸਮਝਦਾ ਪੁਰਾਣੀ ਲਾਇਬਿਲਟੀ ਜਿਹੜੀ ਆ, ਜਿਹੜੀ ਅਕਾਲੀ ਦਲ, ਬੀਜੇਪੀ, ਕਾਂਗਰਸ ਸਮੇਂ, ਬੀਜੇਪੀ ਕਾਂਗਰਸ ਸਮੇਂ ਦੀ ਲਾਇਬਿਲਟੀ ਆ, ਬਹੁਤ ਵੱਡੀ ਲਾਇਬਿਲਟੀ ਜਿਹੜੀ ਆ ਉਹ ਛੱਡ ਕੇ ਗਏ ਨੇ, ਬਹੁਤ ਵੱਡਾ ਉਹਨਾਂ ਦੇ ਸਮੇਂ ਦਾ ਪੈਂਡਿੰਗ ਮਸਲਾ 'ਚ ਬਹੁਤ ਸਾਰੇ ਹੱਲ ਕਰਤੇ ਆਉਣ ਵਾਲੇ 3 ਸਾਲਾਂ 'ਚ ਅਸੀਂ ਬਹੁਤ ਹਰ ਕੰਮ ਨੂੰ। ਸੋ ਮੁਲਾਜ਼ਮਾਂ ਦੀਆਂ ਜਿੱਥੇ ਨਵੀਆਂ ਭਰਤੀਆਂ ਵੀ ਹੋ ਰਹੀਆਂ ਨੇ, ਪੁਰਾਣੇ ਮਸਲੇ, ਪੈਨਸ਼ਨ ਸਕੀਮ ਆ ਉਹਦੇ 'ਤੇ ਸਾਡੀ ਸਬ ਕਮੇਟੀ ਜਿਹੜੀ ਆ, ਸਾਡੇ ਅਫਸਰ ਸਾਹਿਬਾਂ ਦੀ ਸਬ ਕਮੇਟੀ ਬਣੀ ਹੋਈ ਆ, ਸਾਡੀ ਸਬ ਕਮੇਟੀ ਬਣੀ ਹੋਈ ਆ, ਔਰ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ, ਬਹੁਤ ਸਾਡਾ ਸਰਕਾਰ ਦੇ ਵੀ ਧਿਆਨ 'ਚ ਆ। ਸਰਦਾਰ ਭਗਵੰਤ ਮਾਨ ਦਾ ਹੱਲ ਕਰਨਾ ਗਾ, ਦੇਖੋ ਸਮਾਂ ਲੱਗਦਾ, 2 ਸਾਲਾਂ ਦੀ ਗੱਡੀ ਜਿਹੜੀ ਆ ਉਹ ਲੀਹ 'ਤੇ ਪਾਈ ਆ। ਸੋ ਇਹਨੂੰ ਬਿਲਕੁਲ ਬੜੇ ਇਮਾਨਦਾਰੀ ਨਾਲ ਕਹਿ ਰਹੇ ਹਾਂ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। ਜਿਹੜੀ ਆ ਚਾਹੇ ਨਵੀਆਂ ਭਰਤੀਆਂ ਹੋ ਰਹੀਆਂ ਨੇ ਜਾਂ ਪੁਰਾਣੇ ਮੁਲਾਜ਼ਮ ਨੇ ਉਹਨਾਂ ਦੇ ਮਸਲੇ, ਸਾਰੀਆਂ ਮੀਟਿੰਗਾਂ ਕਰਦਾਂਗਾ, ਬਹੁਤ ਸਾਰੇ ਮਸਲੇ ਹੱਲ ਵੀ ਹੋਏ ਨੇਗੇ ਜੀ ਅੱਜ ਪੰਜਾਬ 'ਚ। ਮੈਂ ਸਮਝਦਾ ਪੁਰਾਣੀ ਲਾਇਬਿਲਟੀ ਜਿਹੜੀ ਆ, ਜਿਹੜੀ ਅਕਾਲੀ ਦਲ, ਬੀਜੇਪੀ, ਕਾਂਗਰਸ ਸਮੇਂ, ਬੀਜੇਪੀ ਕਾਂਗਰਸ ਸਮੇਂ ਦੀ ਲਾਇਬਿਲਟੀ ਆ, ਬਹੁਤ ਵੱਡੀ ਲਾਇਬਿਲਟੀ ਜਿਹੜੀ ਆ ਉਹ ਛੱਡ ਕੇ ਗਏ ਨੇ, ਬਹੁਤ ਵੱਡਾ ਉਹਨਾਂ ਦੇ ਸਮੇਂ ਦਾ ਪੈਂਡਿੰਗ ਮਸਲਾ 'ਚ ਬਹੁਤ ਸਾਰੇ ਹੱਲ ਕਰਤੇ ਆਉਣ ਵਾਲੇ 3 ਸਾਲਾਂ 'ਚ ਅਸੀਂ ਬਹੁਤ ਹਰ ਕੰਮ ਨੂੰ। ਸੋ ਮੁਲਾਜ਼ਮਾਂ ਦੀਆਂ ਜਿੱਥੇ ਨਵੀਆਂ ਭਰਤੀਆਂ ਵੀ ਹੋ ਰਹੀਆਂ ਨੇ, ਪੁਰਾਣੇ ਮਸਲੇ, ਪੈਨਸ਼ਨ ਸਕੀਮ ਆ ਉਹਦੇ 'ਤੇ ਸਾਡੀ ਸਬ ਕਮੇਟੀ ਜਿਹੜੀ ਆ, ਸਾਡੇ ਅਫਸਰ ਸਾਹਿਬਾਂ ਦੀ ਸਬ ਕਮੇਟੀ ਬਣੀ ਹੋਈ ਆ, ਸਾਡੀ ਸਬ ਕਮੇਟੀ ਬਣੀ ਹੋਈ ਆ, ਔਰ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ, ਬਹੁਤ ਸਾਡਾ ਸਰਕਾਰ ਦੇ ਵੀ ਧਿਆਨ 'ਚ ਆ। ਸਰਦਾਰ ਭਗਵੰਤ ਮਾਨ ਦਾ ਹੱਲ ਕਰਨਾ ਗਾ, ਦੇਖੋ ਸਮਾਂ ਲੱਗਦਾ, 2 ਸਾਲਾਂ ਦੀ ਗੱਡੀ ਜਿਹੜੀ ਆ ਉਹ ਲੀਹ 'ਤੇ ਪਾਈ ਆ। ਸੋ ਇਹਨੂੰ ਬਿਲਕੁਲ ਬੜੇ ਇਮਾਨਦਾਰੀ ਨਾਲ ਕਹਿ ਰਹੇ ਹਾਂ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ।